ਜਦੋਂ ਯਿਸੂ ਮਸੀਹ ਜਾ ਰਹੇ ਸੀਗੇ ਨਾ ਪਾਣੀ ਤੇ ਚੱਲ ਕੇ, ਪਤਾ ਹੈ ਇਨਸੀਡੈਂਟ, ਔਰ ਚੇਲੇ ਕਹਿੰਦੇ ਸੀ ਭੂਤ ਹੈ। ਯਿਸੂ ਮਸੀਹ ਇਹ ਕੋਸ਼ਿਸ਼ ਕਰ ਰਹੇ ਸੀ ਕਿ ਉਹ ਚੇਲਿਆਂ ਦੇ ਕੋਲੋਂ ਨਿਕਲ ਜਾਏ ਤੇ ਉਹਨਾਂ ਨੂੰ ਨਜ਼ਰ ਨਾ ਆਏ, ਪਰ ਚੇਲਿਆਂ ਨੂੰ ਉਹ ਨਜ਼ਰ ਆ ਗਏ। ਸਮਝ ਆ ਰਹੀ? ਯਿਸੂ ਮਸੀਹ ਦੀ ਆਦਤ ਹੈ ਛੁਪਣ ਦੀ, ਠੀਕ ਹੈ। ਪਰਮੇਸ਼ਵਰ ਦੀ ਇੱਕ ਆਦਤ ਕੀ ਹੈ? ਚਾਹੇ ਤੁਸੀਂ ਵਰਸ਼ਿਪ ਕਰੋ, ਚਾਹੇ ਅਸੀਂ ਵਚਨ 'ਚ ਕਹਿੰਦੇ ਕਿ ਪਰਮੇਸ਼ਵਰ ਸਾਡੇ ਨਾਲ ਹੈ, ਪਰ ਜਦ ਤੱਕ ਤੁਹਾਡੀ ਰੀਅਲ ਡਿਜ਼ਾਇਰ ਨਹੀਂ ਦਿਖਦੀ ਤਦ ਤੱਕ ਪਰਮੇਸ਼ਵਰ ਦੀ ਪ੍ਰੈਜੈਂਸ ਰੀਅਲ ਨਹੀਂ ਆਉਂਦੀ ਚਰਚ ਦੇ ਵਿੱਚ। ਸਮਝ ਆ ਰਹੀ? ਜਦੋਂ ਕੁਆਇਰ ਪਰਮੇਸ਼ਵਰ ਨੂੰ ਇਸ ਤਰੀਕੇ ਨਾਲ ਪੁਕਾਰੇਗੀ ਕਿ ਅੰਦਰੋਂ ਆਪਣੀ ਆਤਮਾ ਤੋਂ ਜਦੋਂ ਪੁਕਾਰਨਾ, ਤੁਸੀਂ ਵਰਸ਼ਿਪ ਕਰਨੀ ਕਿ ਤੁਹਾਡੀ ਜਿਹੜੀ ਕ੍ਰਾਈ ਹੈ, ਜਿਹੜੇ ਤੁਹਾਡਾ ਦੁਹਾਈ ਹੈ, ਜਿਹੜੀ ਤੁਹਾਡੀ ਵਰਸ਼ਿਪ ਹੈ, ਉਹ ਦਿਲੋਂ ਇੱਕ ਸਪਿਰਿਟ ਤੋਂ ਹੋਣੀ ਚਾਹੀਦੀ ਹੈ। ਦੇਖ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ਵਰ ਦੇ ਦਾਸ ਚਰਚ ਕੁਆਇਰ ਨੂੰ ਗਾਈਡ ਕਰਦੇ ਹੋਏ ਪਰਮੇਸ਼ਵਰ ਦੇ ਵਚਨਾਂ ਦੇ ਵਿੱਚੋਂ ਲਾਈਫ ਸਮਝ ਲੱਗ ਰਹੀ ਤੁਹਾਨੂੰ? ਇਨ ਸਾਈਟ ਤੁਹਾਡੀ ਇੱਕ ਜਿੱਦਾਂ ਇੱਕ ਪਿਆਸ ਜਿੱਦਾਂ ਹੁੰਦੀ ਹੈ ਬੰਦੇ ਅੰਦਰ, ਫਿਰ ਉਹ ਗੀਤ ਸਿਰਫ ਗਾ ਰਹੇ ਆਪਾਂ ਤੇ ਇਨ ਸਾਈਟ ਸਾਡੇ ਅੰਦਰ ਪਿਆਸ ਹੈ ਪਰਮੇਸ਼ਵਰ ਨੂੰ ਮਿਲਣ। ਆਮੀਨ। ਕੀ ਕਿਹਾ ਪਰਮੇਸ਼ਵਰ ਨੇ? ਪਰਮੇਸ਼ਵਰ ਕਹਿੰਦਾ ਕਿ ਮੈਂ ਕਿਹਨੂੰ ਲੱਭਦਾ? ਵਰਸ਼ਿਪਰ। ਆਦਮ ਕੀ ਸੀਗਾ? ਇੱਕ ਵਰਸ਼ਿਪਰ। ਵਰਸ਼ਿਪ ਯਾਨੀ ਤੁਸੀਂ ਆਪਣੇ ਦਿਲ ਤੋਂ ਆਤਮਾ ਤੋਂ ਪਰਮੇਸ਼ਵਰ ਨੂੰ ਪੁਕਾਰ ਰਹੇ। ਔਰ ਉਹ ਬੰਦਾ ਵਰਸ਼ਿਪ ਨਹੀਂ ਕਰ ਸਕਦਾ ਜਿਹੜਾ ਬੰਦਾ ਜਾਣ ਬੁੱਝ ਕੇ ਪਾਪ ਦੇ ਵਿੱਚ ਹੈ। ਸਮਝ ਆ ਰਹੀ? ਜਿਹੜਾ ਬੰਦਾ ਜਾਣ ਬੁੱਝ ਕੇ ਕਿਤੇ ਚ ਹੈ ਸਿਨ ਦੇ ਵਿੱਚ, ਉਹ ਵਰਸ਼ਿਪ ਨਹੀਂ, ਕਿਉਂਕਿ ਉਹਨੂੰ ਪਹਿਲਾਂ ਹੀ ਪਤਾ ਮੈਂ ਰੱਬ ਤੋਂ ਟੁੱਟਾ ਹੋਇਆ ਸਾਈਡ ਤੇ ਹਾਂ ਮੈਂ, ਤੇ ਮੈਂ ਵਰਸ਼ਿਪ ਕੀ ਕਰਾਂਗਾ? ਮੈਂ ਤੇਰੀ ਮਹਿਮਾ ਹੋਵੇ ਕਿਸ ਗੱਲ 'ਚ ਕਿ ਤੂੰ ਵਿਭਿਚਾਰ 'ਚ ਤੇਰੀ ਮਹਿਮਾ ਹੋਵੇ? ਜਦੋਂ ਤੁਸੀਂ ਕਹਿ ਰਹੇ ਤੇਰੀ ਮਹਿਮਾ ਹੋਵੇ, ਇਹਦਾ ਮਤਲਬ ਤੁਹਾਡੀ ਲਾਈਫ ਵੀ ਉਸ ਜਗ੍ਹਾ ਤੇ ਖੜੀ ਹੋਣੀ ਚਾਹੀਦੀ। ਸਮਝ ਆ ਰਹੀ? ਜਦੋਂ ਤੁਸੀਂ ਪਰਮੇਸ਼ਵਰ ਨੂੰ ਪੁਕਾਰਨਾ, ਇੱਦਾਂ ਗਰਾਂਟਿਡ ਨਹੀਂ ਲੈਣਾ ਕਿ ਪਰਮੇਸ਼ਵਰ ਇੱਥੇ ਹੀ ਹੈ ਇਸ ਟਾਈਮ। ਤੁਸੀਂ ਇਹ ਸੋਚਣਾ ਕਿ ਮੈਂ ਆਪਣੀ ਪਿਆਸ ਦੇ ਨਾਲ ਪਰਮੇਸ਼ਵਰ ਨੂੰ ਉਹਦੀ ਪ੍ਰੈਜੈਂਸ ਨੂੰ ਲੈ ਕੇ ਆਉਣਾ। ਤੁਸੀਂ ਤੁਹਾਡੇ ਦਿਮਾਗ 'ਚ ਇਹ ਚੀਜ਼ ਹੋਣੀ ਚਾਹੀਦੀ। ਸਮਝ ਲੱਗ ਰਹੀ? ਜਦੋਂ ਤੁਸੀਂ MLA ਨਾਲ MP ਦੇ ਨਾਲ ਰਹਿੰਦੇ ਹੋ ਨਾ, ਜੇ ਤੁਸੀਂ ਉਹਦੀ ਪ੍ਰੈਜੈਂਸ ਨੂੰ ਐਪਰੀਸ਼ੀਏਟ ਨਹੀਂ ਕਰਦੇ, ਉਹ ਗੁੱਸਾ ਕਰਦੇ। ਉਸੇ ਤਰ੍ਹਾਂ ਹੀ ਪਰਮੇਸ਼ਵਰ ਹੈ, ਸਾਨੂੰ ਪਤਾ ਉਹ ਸਾਡੇ ਨਾਲ ਹੈ, ਫਿਰ ਕੀ ਕਰੀਏ? ਪਰ ਐਪਰੀਸ਼ੀਏਟ ਕਰਨਾ ਅੰਦਰੋਂ ਇਨਸਾਈਡਲੀ ਨਾ, ਅਜੀਬ ਇੱਕ ਮਤਲਬ ਜਿਹੜਾ ਪਿਆਨੋ ਵਜਾਉਣ ਵਾਲਾ ਵੀ ਉਹਦੀਆਂ ਉਂਗਲੀਆਂ ਇੱਦਾਂ ਵੱਜਣ ਕਿ ਜਿੱਦਾਂ ਮਤਲਬ ਬਸ ਉਹਨੂੰ ਪਤਾ ਹੈ ਕਿ ਇਹ ਪਰਮੇਸ਼ਵਰ ਇੱਥੇ ਹੈ ਇਸ ਟਾਈਮ ਮੈਨੂੰ ਦੇਖ ਰਿਹਾ। ਸਮਝ ਲੱਗ ਰਹੀ? ਪ੍ਰੈਕਟੀਕਲੀ ਇਨਸਾਈਡ ਤੁਹਾਡੀ ਪਿਆਸ, ਅੰਦਰ ਤੁਹਾਡੀ ਪਿਆਸ ਕੀ ਹੈ ਪਰਮੇਸ਼ਵਰ ਦੇ ਇਨਸਾਈਡ ਤੋਂ? ਆਮੀਨ। ਬਾਈਬਲ 'ਚ ਲਿਖਿਆ, ਜੋ ਕੁਛ ਵੀ ਕਰੋ ਮੇਰੇ ਨਾਮ 'ਚ ਕਰੋ, ਇੱਕ ਦੂਜੇ ਦੇ ਅਧੀਨ ਰਹਿ ਕੇ ਕਰੋ, ਪਿਤਾ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ ਕਰੋ। ਆਮੀਨ। ਅਲਰਟ ਰਹੋ, ਮੋਰਨਿੰਗ ਪ੍ਰੇਅਰ ਕਰੋ। ਕੁਛ ਲੋਕਾਂ ਦੀ ਲਾਈਫ ਦੇ ਵਿੱਚ ਜਦੋਂ ਹੀ ਪਰਮੇਸ਼ਵਰ ਨੇ ਕੁਛ ਕਰਨਾ ਹੁੰਦਾ, ਉਹਨਾਂ ਦੇ ਲਾਈਫ 'ਤੇ ਅਟੈਕ ਹੁੰਦਾ। ਕਿਉਂ? ਕਿਉਂਕਿ ਡੈਵਲ ਨੂੰ ਪਤਾ ਹੈ ਇਹਨਾਂ ਦੀ ਲਾਈਫ ਦੀ ਬਲੈਸਿੰਗ ਆਉਣ ਵਾਲੀ। ਸਮਝ ਆ ਰਹੀ? ਕੁਛ ਲੋਕ ਉਦੋਂ ਆਪਣਾ ਨੇਚਰ ਉਹਨਾਂ ਦਾ ਚੇਂਜ ਹੋ ਜਾਂਦਾ ਜਦੋਂ ਕਿਸੇ ਹੈਲਪਰ ਨੇ ਉਹਨਾਂ ਦੀ ਮਦਦ ਕਰਨੀ ਹੋਏ। ਕਿਉਂਕਿ ਉਹ ਦੁਸ਼ਟ ਆਤਮਾ ਜਿਹੜਾ ਮੈਨੂਪਲੇਟ ਕਰ ਦਿੰਦਾ ਲੋਕਾਂ ਨੂੰ, ਉਹ ਵੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਉਹਨਾਂ ਨੂੰ ਬਲੈਸਿੰਗ ਮਿਲਣੀ ਹੁੰਦੀ। ਇਸ ਲਈ ਸਵੇਰੇ ਆਉਂਦੇ ਹੀ ਪ੍ਰੇਅਰ ਕਰਨੀ ਕਿ ਤੁਹਾਡੇ ਸੁਭਾਵ ਦੇ ਉੱਤੇ ਕਦੀ ਵੀ ਤੁਸੀਂ ਤੁਹਾਡੀ ਨੇਚਰ, ਤੁਹਾਡੀਆਂ ਚੀਜ਼ਾਂ ਹਾਵੀ ਨਾ ਹੋ ਸਕਣ। ਸਮਝ ਆ ਰਹੀ? ਯੋਧਾ ਦੇਖ, ਸੋਲਜਰ ਦੇਖਿਆ, ਕੁਛ ਵੀ ਚੱਲਦਾ ਹੋਵੇ ਉਹਦੇ ਘਰ, ਪਰ ਉੱਥੇ ਕਿੱਦਾਂ ਹੈ ਬਾਰਡਰ ਦੇ ਸਖਤ, ਜੇ ਉੱਥੇ ਢਿੱਲਾ ਰਿਹਾ ਉਹ ਘਰ ਸੋਚ ਕੇ ਤੇ ਉਹਨੇ ਮਰ ਜਾਣਾ, ਨਾ ਦੇਸ਼ ਦੇ ਕੰਮ ਆਉਣਾ ਤੇ ਨਾ ਘਰਦਿਆਂ ਦੇ ਕੰਮ। ਸਮਝ ਆ ਰਹੀ? ਤੁਸੀਂ ਇੱਕ ਯੋਧਾ ਟਾਈਪ ਹੋ, ਔਰ ਜਦੋਂ ਜਦੋਂ ਤੁਸੀਂ ਵਧਣਾ, ਸ਼ੈਤਾਨ ਨੇ ਤੁਹਾਨੂੰ ਖਿੱਚਣ ਦੀ ਕੋਸ਼ਿਸ਼ ਕਰਨੀ। ਜਿਸ ਜਿਸ ਹਿੱਸੇ ਤੇ ਸ਼ੈਤਾਨ ਅਟੈਕ ਕਰ ਰਿਹਾ, ਉਸੇ ਹਿੱਸੇ ਨੂੰ ਪਰਮੇਸ਼ਵਰ ਨੇ ਬਲੈਸ ਕਰਨਾ ਹੁੰਦਾ। ਸਮਝ ਆ ਰਹੀ? ਜਦੋਂ ਇਹ ਮਿਨਿਸਟਰੀ ਸਟਾਰਟ ਕੀਤੀ ਸੀਗੀ, ਉਦੋਂ ਲੋਕਾਂ ਨੇ ਘਰ ਘਰ ਜਾ ਕੇ ਦੱਸਿਆ ਸੀਗਾ ਕਿ ਇੱਥੇ ਚਰਚ ਨਹੀਂ ਜਾਣਾ, ਇਹ ਪਾਸਟਰ ਗਲਤ ਹੈ। ਪਰ ਇੱਕ ਟਾਈਮ ਆਇਆ, ਅਸੀਂ ਜਾਣਦੇ ਹਾਂ ਹੁਣ, ਆਮੀਨ, ਜਦੋਂ ਜਿਸ ਹਿੱਸੇ 'ਤੇ ਸ਼ੈਤਾਨ ਤੁਹਾਡੇ ਅਟੈਕ ਕਰ ਰਿਹਾ, ਉਸੇ ਹਿੱਸੇ ਨੂੰ ਪਰਮੇਸ਼ਵਰ ਨੇ ਬਲੈਸ ਕਰਨਾ। ਜੇ ਉਹ ਤੁਹਾਡੇ ਫਾਈਨੈਂਸ 'ਤੇ ਅਟੈਕ ਕਰ ਰਿਹਾ, ਤੁਹਾਡੇ ਨਾਮ 'ਤੇ ਅਟੈਕ ਕਰ ਰਿਹਾ, ਤਾਂ ਕੀ ਵਧਣਾ ਤੁਹਾਡਾ? ਤੁਹਾਡਾ ਨਾਮ, ਕਿਉਂਕਿ ਸ਼ੈਤਾਨ ਉਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ
पर ओनूं ये नहीं पता कि ये दस गुना, दस भी थोड़ा है। मैं तुहानूं दस रहा, मैं तुहानूं दस रहा, तुसीं देखना थोड़े दिनां च। आमीन। ओहदे च कीती मेहनत कदी व्यर्थ नहीं जांदी। लोक की सोचदे, दुनिया की सोचदी, बाइबल च जो लिखिआ असीं ओह सोचना। आमीन। जदों वर्शिप करन लई खड़े हां, आपां इह सोचना कि मैं अपनी वर्शिप दे नाल परमेश्वर दी प्रेजेंस नूं खिंचना। बस तुसीं इह नहीं देखना कि इत्थे 50 बंदे क्वायर च खड़े हैं, 10 सिंगर गा रहे ते 10 साजी खड़े हैं। तुसीं सोचना मैं कल्ला खड़ा, मेरे मेहनत नाल, मेरी प्रेयर नाल, मेरी वर्शिप दे नाल मैं परमेश्वर नूं मैनीफेस्टेशन च लैके आना। हालेलुया। सवेरे आंदे ही और हर डे प्रेयर करो, एवरी डे। अब्राहम च एक बुरी आदत सी कि उसे करके उसकी लाइफ च एक प्रॉब्लम सी, उसके बेबी नहीं सी हो रहा, और परमेश्वर उन्हें की कह रहे थे, सिद्ध हो जा। वही प्रॉब्लम उसके कितने आ गई, उसके बेटे की लाइफ से। बेटे की प्रॉब्लम भी की सी, झूठ बोलना। अपने माता पिता नूं देखो, जेड़े उन्होंने स्ट्रगल है वह उदों खत्म होने तुहाडी लाइफ चो जो तुसी परमेश्वर वाली नेचर नूं अपना लिया। आमीन। इसलिए जो बंदा चर्च आता और परमेश्वर की हजूरी चाहता, और जो फादर, वह पास्टर, वह मैंटर उन्होंने एक नवा नेचर देने की कोशिश करता, वह शैतान नूं पसंद नहीं गा, क्योंकि नवा नेचर के नाल नवी ब्लैसिंग जुड़ी हुई होगी। समझ आ रही सारे? और जो एक बंदे की बैक फेलीयर है, शैतान हमेशा उन्होंने फेलीयर रखना चाहता है और उन्होंने हमेशा खड़े नहीं रहन देना चाहता। सोचो असी कितों आए हैं, असी वो नहीं करना जिस करके फेलीयर साढ़े परिवारों का हिस्सा सीगा। तुहानू अलग करना पाऊगा, कुछ अलग रिजल्ट लैन दे, ईजी कुछ नहीं निकलना। आमीन। ईजी कुछ नहीं आना। हीरा कितों निकलता? जमीन तो आसानी ना निकलता, सब तो महंगी चीज़ सब तो औखी निकलती। हालेलुया। अपने हाथों नूं बधाओ। सर्वशक्तिमान परमेश्वर, सुबह आपका पवित्र आत्मा इनको छुए, इनके द्वारा जब ये गाएं, जिस तरह बाइबल में लिखा है कि आप उन लोगों को ढूंढते जो रूह और सच्चाई से तेरी आराधना करते, तेरा भजन गाते हैं। इनके आत्माएं मेरे पिता रूह और सच्चाई से तेरा भजन गाने वाली बन जाएं। चेंज कर दे इनको, चेंज कर दे स्पिरिट को, इनकी इनकी थिंकिंग, इनकी स्पिरिट को मेरे सामर्थी परमेश्वर। जिस तरह यहोशू मूसा के साथ रहता था और जब चुनाव की बारी आई तो परमेश्वर अपने यहोशू को चुना, सामर्थी परमेश्वर इनको इस्तेमाल कर, तेरा पवित्र आत्मा इनकी जिंदगियों में से कार्य करे अजीब और अचंभित के साथ। मैं इन्हें ब्लेस करता हूँ इनके गाने, इनके इनके वर्शिप करने से, इनके परिवार का फेलियर इनके द्वारा मिटाया जाए यीशु मसीह के नाम में। बहुत जल्द ये क्वायर एक बड़ी गवाही के साथ वापिस आए और ये दुनिया की ब्लेस्ड क्वायर हो यीशु मसीह के सामर्थ्य में। आमीन। आमीन। हालेलुया। मिलते हैं सवेरे परमेश्वर की हुजूरी में।